ਹੋਲੀ ਮੌਕੇ ਬੇਹੱਦ ਭਿਆਨਕ ਹਾਦਸਾ ਵਾਪਰਿਆ। ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਇੱਕ ਬੱਚੀ ਦੇ ਮੂੰਹ ਤੇ ਕੁੱਤੇ ਨੇ ਅਟੈਕ ਕਰ ਦਿੱਤਾ। ਕੁੱਤਾ ਬੱਚੀ ਦੇ ਮੂੰਹ ਤੋਂ ਚਮੜੀ ਦੇੜ ਕੇ ਲੈ ਗਿਆ। ਤਾਂ ਦੱਸ ਦਈਏ ਕਿ ਬੱਚੀ ਗਲੀ ਦੇ ਵਿੱਚ ਹੋਰ ਬੱਚਿਆਂ ਦੇ ਨਾਲ ਹੋਲੀ ਖੇਡ ਰਹੀ ਸੀ। ਅਵਾਰਾ ਪਾਗਲ ਕੁੱਤਾ, ਲੋਕਾਂ ਦਾ ਕਹਿਣਾ ਹੈ ਕਿ ਕੁੱਤਾ ਪਾਗਲ ਹੋ ਚੁੱਕਿਆ ਹੈ। ਨਗਰ ਨਿਗਮ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਕੋਈ ਹੱਲ ਨਹੀਂ ਕੱਢਿਆ ਗਿਆ। ਤਾਂ ਅਵਾਰਾ ਕੁੱਤੇ ਦੇ ਵੱਲੋਂ ਇਸ ਬੱਚੀ ਤੇ ਹਮਲਾ ਕੀਤਾ ਗਿਆ। 16 ਸਾਲ ਦੀ ਨੈਨਾ ਗਲੀ ਦੇ ਵਿੱਚ ਆਪਣੇ ਰਿਸ਼ਤੇਦਾਰ ਅਤੇ ਬੱਚਿਆਂ ਦੇ ਨਾਲ ਹੋਲੀ ਖੇਡ ਰਹੀ ਸੀ। ਕੁੱਤਾ ਆਉਂਦਾ ਹੈ, ਅਚਾਨਕ ਹਮਲਾ ਕਰ ਦਿੰਦਾ ਹੈ। ਤਾਂ ਨੈਨਾ ਬਚਾਅ ਕਰਦੇ ਹੋਏ ਆਪਣਾ ਇੱਟ ਚੱਕਦੀ ਆ ਤੇ ਕੁੱਤੇ ਦੇ ਮਾਰਦੀ ਹੈ। ਕੋਈ ਵੀ ਨੈਨਾ ਨੂੰ ਬਚਾਉਣ ਨਹੀਂ ਆਉਂਦਾ, ਨੈਨਾ ਦੇ ਵੱਲੋਂ ਖੁਦ ਨੂੰ ਹੀ ਆਪ ਨੂੰ ਬਚਾਇਆ ਗਿਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਖੰਨਾ ਦੇ ਭਾਦਲਾ ਦੀਆਂ, ਜਿੱਥੇ ਹੋਲੀ ਖੇਡ ਰਹੀ ਇੱਕ 16 ਸਾਲ ਦੀ ਕੁੜੀ ਜਿਸਦਾ ਨਾਮ ਨੈਨਾ ਦੱਸਿਆ ਜਾ ਰਿਹਾ ਹੈ, ਇੱਕ ਕੁੱਤਾ ਇਸ ਤੇ ਹਮਲਾ ਕਰ ਦਿੰਦਾ ਹੈ ਅਤੇ ਉਸਦਾ ਮੂੰਹ ਨੋਚ ਲੈਂਦਾ ਹੈ। ਤਾਂ ਮੂੰਹ ਨੋਚਣ ਦੇ ਕਾਰਨ ਕੁੜੀ ਦੇ ਮੂੰਹ ਤੇ ਕਾਫੀ ਵੱਡਾ ਨਿਸ਼ਾਨ ਪੈ ਗਿਆ ਹੈ, ਕਾਫੀ ਡੂੰਘਾ ਨਿਸ਼ਾਨ ਪੈ ਗਿਆ ਹੈ। ਹਸਪਤਾਲ ਵਿਖੇ ਕੁੜੀ ਨੂੰ ਦਾਖਲ ਕਰਵਾਇਆ ਗਿਆ ਹੈ ਜਿੱਥੇ ਹੁਣ ਇਸਦਾ ਆਪਰੇਸ਼ਨ ਹੋਵੇਗਾ ਅਤੇ ਮੂੰਹ ਦੀ ਸਰਜਰੀ ਕੀਤੀ ਜਾਵੇਗੀ। ਪਰ ਦੇਖ ਸਕਦੇ ਹੋ ਕਿੰਨਾ ਭਿਆਨਕ ਹਾਦਸਾ ਵਾਪਰਿਆ ਇਸ ਕੁੜੀ ਦੇ ਨਾਲ, ਜੋ ਕਿ ਗਲੀ ਦੇ ਵਿੱਚ ਹੋਲੀ ਖੇਡ ਰਹੀ ਸੀ ਤਾਂ ਪਾਗਲ ਕੁੱਤਾ ਆ ਕੇ ਇਹਨੂੰ ਟੁੱਟ ਕੇ ਪੈ ਗਿਆ। ਇੱਕ ਵਾਰ ਚੁਗਨੇ ਗਏ ਤੇ ਮੇਰੇ ਕੋਲ ਕੁੱਤਾ ਖਾ ਗਿਆ ਤਾ। ਅੱਛਾ, ਕੌਣ ਸੇ ਏਰੀਏ ਮੇਂ? ਹੈ? ਕੌਣ ਸੇ ਏਰੀਏ ਮੇਂ ਗਏ ਤੇ? ਬਾਦਲ ਟੁੱਟੇ ਮੇਂ। ਬਾਦਲ ਟੁੱਟੇ ਮੇਂ ਟੁੱਟੇ। ਅੱਛਾ, ਗਲੀ ਵਾਲਾ ਕੁੱਤਾ ਜਾਂ ਕਿਸੇ ਕੇ ਘਰ ਪੇ ਰੱਖਾ ਤਾ? ਨਹੀਂ, ਘਰ ਪੇ ਨਹੀਂ ਰੱਖਾ ਤਾ, ਗਲੀ ਵਾਲਾ ਕੁੱਤਾ ਤਾ ਪਾਗਲ। ਅੱਛਾ, ਹਲਕਾ ਹੈ ਉਹ ਤਾਂ ਕੁੱਤਾ? ਆਹੋ। ਅਕੇਲੇ ਥੇ ਆਪ? ਹੋਰ ਸਾਥ ਮੇਂ ਕੋਈ ਨਹੀਂ ਥਾ? ਨਹੀਂ। ਅੱਛਾ, ਕਿਸੇ ਫਿਰ ਬਚਾਅ ਕੈਸੇ ਕੀਆ? ਹੈਂ? ਬਚੇ ਕੈਸੇ, ਕਿਸੇ ਨੇ ਛੁਡਵਾਇਆ ਫਿਰ ਆਪ ਤੋ? ਨਹੀਂ, ਮੈਂ ਖੁਦ ਹੀ ਛੁੱਟੇ ਸੀ। ਮੈਨੂੰ ਉਸ ਕਹਿੰਦੇ ਇੱਟ ਮਾਰਦੇ ਤੇ ਪੱਥਰ ਕੁੱਤੇ ਕੇ। ਅੱਛਾ, ਫਿਰ ਉਹ ਭੱਗ ਗਿਆ ਤਾ, ਫਿਰ ਵੀ ਇਕੱਠੇ ਹੋ ਗਏ ਤੇ ਸਾਰੇ, ਫਿਰ ਕੁਛ ਨਹੀਂ। ਅੱਛਾ, ਕਿਤਨੀ ਉਮਰ ਕਿਤਨੀ ਆਪਕੀ? ਮੇਰੇ 16 ਸਾਲ। 16 ਸਾਲ। ਅੱਛਾ, ਕੀ ਕੰਮ ਕਰਦੇ ਹੋ? ਕਬਾੜ ਕਾ। ਅਕੇਲੇ ਥੇ ਆਪ? ਸਰ, ਇੱਕ ਪੇਸ਼ੈਂਟ ਆਇਆ, ਨੈਨਾ ਨਾਮ ਦਾ ਪੇਸ਼ੈਂਟ ਹੈ, 16 ਸਾਲ ਦੀ ਫੀਮੇਲ ਹੈ। ਉਹ ਹਿਸਟਰੀ ਇਹ ਸੀ ਕਿ ਵੀ ਸਾਨੂੰ ਗਲੀ ਦੇ ਅਵਾਰਾ ਕੁੱਤੇ ਨੇ ਕੱਟ ਲਿਆ, ਅਤੇ ਅਸੀਂ ਜਦੋਂ ਦੇਖਿਆ ਤਾਂ ਉਹਨਾਂ ਦੇ ਰੜੀ ਹੈਗੀ ਆ ਆਪਣੀ ਰਾਈਟ ਸਾਈਡ ਗਲ ਦੇ ਉੱਤੇ ਕਾਫੀ ਬੜਾ ਵੂੰਡ ਹੈ ਅਤੇ ਨੀ ਦੇ ਉੱਤੇ ਹੈ, ਕਾਫੀ ਜ਼ਿਆਦਾ ਕੱਟਿਆ। ਅਤੇ ਆਪਾਂ ਉਹਨਾਂ ਦੇ ਪੇਰੈਂਟਸ ਦੀ ਵੇਟ ਕਰ ਰਹੇ ਹਾਂ, ਉਹਨਾਂ ਦੇ ਪੇਰੈਂਟਸ ਦੀ ਵੇਟ ਆ, ਫਸਟ ਏਡ ਦੇ ਦੀ ਹੈ ਅਤੇ ਇੱਕ ਟੀਕਾ ਹੁੰਦਾ ਜਿਹੜਾ ਜ਼ਖਮ ਦੇ ਵਿੱਚ ਲੱਗਦਾ ਹੈ, ਉਹ ਕੰਸੈਂਟ ਤੋਂ ਬਿਨਾਂ ਨਹੀਂ ਲੱਗਦਾ, ਉਹਦੇ ਪੇਰੈਂਟਸ ਦੀ ਵੇਟ ਕਰ ਰਹੇ ਹਾਂ। ਪੇਰੈਂਟਸ ਆ ਜਾਣਗੇ, ਸਾਈਨ ਕਰਕੇ ਆਪਾਂ ਉਹਨਾਂ ਨੂੰ ਇੰਜੈਕਸ਼ਨ ਲਗਾ ਦਾਂਗੇ ਅਤੇ ਫਰਦਰ ਸਰਜਨ ਦੀ ਓਪੀਨੀਅਨ ਲੈ ਕੇ ਜੇ ਐਡਮਿਟ ਕਰਨਾ ਹੋਊਗਾ ਤਾਂ ਐਡਮਿਟ ਕਰ ਲਾਂਗੇ, ਜਾਂ ਆਪਾਂ ਟ੍ਰੀਟਮੈਂਟ ਦੇ ਦਾਂਗੇ। ਕਾਫੀ ਘਟਿਆ ਵੈਸੇ ਉਹਦਾ ਜੀ। ਸਰ, ਲਾਈਕ ਜਿਵੇਂ ਸਾਡੀ 6 ਘੰਟੇ ਦੀ ਡਿਊਟੀ ਹੁੰਦੀ ਆ ਮੋਰਨਿੰਗ, ਈਵਨਿੰਗ ਅਤੇ ਨਾਈਟ 12 ਘੰਟੇ ਦੀ ਹੁੰਦੀ ਆ, ਤਾਂ ਮੋਰਨਿੰਗ ਤੁਸੀਂ ਤਕਰੀਬਨ ਲਾ ਲਓ ਇੱਕ ਸ਼ਿਫਟ ਦੇ ਵਿੱਚ ਤਕਰੀਬਨ 5 ਤੋਂ 10 ਕੇਸ ਡੇਲੀ ਆ ਜਾਂਦੇ ਨੇ ਸਰ, ਡੋਗ ਬਾਈਟ ਦੇ ਇਕੱਲੇ ਕਾਫੀ ਜ਼ਿਆਦਾ, ਮਤਲਬ ਜਿਹੜੇ ਡੋਗਸ ਨੇ, ਸਟ੍ਰੇ ਡੋਗਸ ਨੇ, ਉਹਨਾਂ ਦੇ ਕਾਫੀ ਮਾਤਰਾ ਵਿੱਚ ਵੱਧ ਗਏ ਨੇ ਅਤੇ ਕਾਫੀ ਲੋਕਾਂ ਨੂੰ ਇਹਨਾਂ ਦੇ ਵਿੱਚ ਕੱਟਣਾ, ਮਤਲਬ ਕੱਢ ਦਿੰਦੇ ਨੇ, ਉਹ ਡੇਲੀ ਕੇਸ ਇੰਨੇ ਆ ਜਾਂਦੇ ਸਰ ਸਾਡੇ ਪਾਸ।